ਪਟਿਆਲਾ ਪੋਲਿਟਿਕਸ ਤੋਂ ਹੀ ਆ। ਆਹ ਦੇਖੋ ਜੀ, ਤੁਸੀਂ ਵੀ ਇਹ ਵੀਡੀਓ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਗੱਡੀ ਵਿੱਚ ਬੈਠਾ ਸ਼ਖਸ ਸ਼ਰੇਆਮ ਗੁੰਡਾਗਰਦੀ ਕਰ ਰਿਹਾ, ਬੇਖੌਫ ਹੋ ਕੇ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਰਿਹਾ ਹੈ। ਤੁਸੀਂ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਸ਼ਖਸ ਗੱਡੀ ਵਿੱਚ ਮੌਜੂਦ ਹੈ ਜਿਸਦਾ ਗੱਡੀ ਨੰਬਰ ਹਰਿਆਣੇ ਦਾ ਦਿਖਾਈ ਦੇ ਰਿਹਾ, ਪਰ ਇਹ ਸ਼ਖਸ ਕੀ ਕਰ ਰਿਹਾ ਹੈ, ਬਿਨਾਂ ਬ੍ਰੇਕ ਜਿਹੜਾ ਅੱਗੇ ਆਉਂਦਾ ਹੈ ਉਸਦੇ ਵਿੱਚ ਟੱਕਰ ਮਾਰ ਦਿੰਦਾ ਹੈ, ਪਰ ਇਹ ਬ੍ਰੇਕ ਨਹੀਂ ਲਗਾ ਰਿਹਾ। ਤਸਵੀਰਾਂ ਵਿੱਚ ਨਜ਼ਰ ਆ ਰਿਹਾ ਕਿ ਕੁਛ ਲੋਕ ਇਸਦਾ ਪਿੱਛਾ ਕਰਦਾ ਹੋਏ ਦਿਖਾਈ ਦੇ ਰਹੇ ਨੇ, ਉਸਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਲੋਕਾਂ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸਦੀ ਗੱਡੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਸ਼ਖਸ ਬੇਖੌਫ ਹੋ ਕੇ ਆਪਣੀ ਮਨਮਰਜ਼ੀ ਕਰਦਾ ਹੋਇਆ ਦਿਖਾਈ ਦੇ ਰਿਹਾ, ਕਈ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਰਿਹਾ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਵੀਡੀਓ। ਆ ਬੰਦਾ ਜੀ ਕਾਟ ਕਰਕੇ, ਆ ਦੇਖੋ ਜੀ ਬੱਸ ਸਟੈਂਡ ਕੋਲ, ਪੁਰਾਣੇ ਬੱਸ ਸਟੈਂਡ ਕੋਲ ਜਿਹੜਾ ਬੰਦਾ ਵਿੱਚ ਆ ਰਿਹਾ ਉਹਨੂੰ ਉਡਾ ਰਹੇ ਨੇ। ਸਾਰੀ ਵੀਡੀਓ ਹੈਗੀ, ਕੋਈ ਨਹੀਂ, ਉਹ ਪਰੇ ਹੋ ਜਾਏ, ਬੇਫਿਕਰ ਲੈ ਵੀਰੇ, ਮੈਂ ਪਟਿਆਲਾ ਪੋਲਿਟਿਕਸ ਤੋਂ ਹੀ ਆ। ਇਹ ਮਾਰ, ਆ ਦੇਖ ਕੋਈ ਨਹੀਂ ਭਾਜੀ, ਮੈਂ ਪਟਿਆਲਾ ਪੋਲਿਟਿਕਸ ਤੋਂ ਹੀ ਆ। ਆ ਦੇਖੋ ਜੀ, ਆ ਦੇਖੋ ਜੀ ਪਟਿਆਲਾ ਪੋਲਿਟਿਕਸ ਲਾਈ, ਦੇਖੀ ਬੱਚਾ ਦੇ। ਆ ਦੇਖੋ ਜੀ ਸੜਕਾਂ ਦੇ ਨੱਗਾ ਨਾਚ ਹੋ ਰਿਹਾ। ਆ ਦੇਖੋ ਤੁਸੀਂ ਦੇਖ ਰਹੇ ਹੋ, ਆ ਪਿੱਛੇ ਹੋ ਜਾ, ਪਿੱਛੇ ਹੋ ਜਾ, ਆ ਪਿੱਛੇ ਹੋ ਜਾ, ਪਿੱਛੇ ਹੋ ਜਾ। ਨੰਗਾ ਨਾਚ ਕਰ ਰਿਹਾ। ਆ ਦੇਖੋ ਬੜਾ, ਇਹਨੂੰ ਫੜੋ ਯਾਰ, ਇਹਨੂੰ ਫੜੋ, ਆਓ ਯਾਰ ਫੜੋ, ਨੰਗਾ ਨਾਚ ਚੱਲ ਰਿਹਾ ਜੀ ਪਟਿਆਲੇ 'ਚ, ਇਹ ਪਟਿਆਲੇ 'ਚ ਨੰਗਾ ਨਾਚ ਕਰ ਰਿਹਾ ਬੰਦਾ।